ਅੱਜ ਦੀ ਕਰੰਟ ਜਿਹੜੀ ਸਿਚੁਏਸ਼ਨ ਆ ਉਹਦੇ ਬਾਰੇ ਸਰ ਕੀ ਕਹਿਣਾ ਚਾਹੋਗੇ ਜੀ? ਕਰੰਟ ਸਿਚੁਏਸ਼ਨ ਪੀਸਫੁਲ ਹੈ। ਅਸੀਂ ਪੈਟਰੋਲਿੰਗ ਇਸ ਕਰਕੇ ਵੀ ਕਰ ਰਹੇ ਹਾਂ ਕਿ ਅਸੀਂ ਆਪਣੇ ਜਿਹੜੀ ਡਿਪਲੋਇਮੈਂਟ ਹੈ ਉਹਨੂੰ ਚੈੱਕ ਕਰ ਰਹੇ ਹਾਂ ਅਤੇ ਸਿਕਿਉਰਿਟੀ ਨੂੰ ਬਰੀਫ ਕਰ ਰਹੇ ਹਾਂ। ਅੱਜ ਦੇ ਹਾਲਾਤਾਂ ਦੇ ਮੁਤਾਬਕ ਕਿ ਜਿੰਨੇ ਵੀ ਜ਼ਿਲ੍ਹੇ ਦੇ ਵਿੱਚ ਧਾਰਮਿਕ ਮੰਦਰ ਨੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਕੋਈ ਸਪੈਸ਼ਲ ਐਫਰਟਸ ਕੀਤੇ ਜਾ ਰਹੇ ਜੀ ਪੁਲਿਸ ਵੱਲੋਂ? ਤੁਸੀਂ ਆਪ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਪੁਲਿਸ ਫੋਰਸ ਨੇ ਅਸੀਂ ਡਿਪਲਾਇ ਕੀਤੀ ਹੋਈ ਹੈ ਉਹ ਲੋਕਾਂ ਦੀ ਸੁਰੱਖਿਆ ਲਈ ਹੈ। ਪੰਜਾਬ ਦੇ ਵਿੱਚ ਭਾਈ ਅੰਮ੍ਰਿਤਪਾਲ ਨੂੰ ਲੈ ਕੇ ਜਿੱਥੇ ਲਗਾਤਾਰ ਪੰਜਾਬ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਵਾ, ਉੱਥੇ ਹੀ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਵਾ ਸਖਤ ਸੁਰੱਖਿਆ ਪ੍ਰਬੰਧ ਜਿਹੜੇ ਆ ਉਹ ਕੀਤੇ ਗਏ ਨੇ। ਔਰ ਇਸੇ ਦੇ ਤਹਿਤ ਜਿਹੜਾ ਵਾ SSP ਸਾਹਿਬ ਗੁਰਦਾਸਪੁਰ ਜਿਹੜੇ ਆ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਜੀ ਪੂਰੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿੱਧਰ ਵੀ ਪੈਟਰੋਲਿੰਗ ਚੱਲ ਰਹੀ ਆ ਪੰਜਾਬ ਪੁਲਿਸ ਦੀ ਪੈਟਰੋਲਿੰਗ ਜਿਹੜੀ ਆ ਉਸ ਨੂੰ ਲੀਡ ਕਰ ਰਹੇ ਨੇ। ਔਰ ਇਸ ਟਾਈਮ SSP ਸਾਹਿਬ ਜਿਹੜੇ ਆ ਉਹ ਧਾਰੀਵਾਲ ਦੇ ਏਰੀਏ ਦੇ ਵਿੱਚ ਜਿਹੜਾ ਵਾ ਉਹ ਲਗਾਤਾਰ ਜਿਹੜਾ ਵਾ ਪੈਟਰੋਲਿੰਗ ਕਰਕੇ ਹਾਲਾਤਾਂ ਦੀ ਜਿਹੜੀ ਸਮੀਖਿਆ ਕਰ ਰਹੇ ਆ। ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਸਰ, ਤੁਹਾਡਾ KRT ਨਿਊਜ਼ 'ਤੇ ਸਵਾਗਤ ਹੈ ਜੀ। ਸਰ, ਅੱਜ ਜਿਹੜਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਮੌਜੂਦਾ ਹਾਲਾਤਾਂ ਨੂੰ ਲੈ ਕੇ ਜਿਹੜਾ ਤੁਹਾਡੇ ਵੱਲੋਂ ਲਗਾਤਾਰ ਪੈਟਰੋਲਿੰਗ ਕੀਤੀ ਜਾ ਰਹੀ ਆ, ਅੱਜ ਦੀ ਕਰੰਟ ਜਿਹੜੀ ਸਿਚੁਏਸ਼ਨ ਆ ਉਹਦੇ ਬਾਰੇ ਸਰ ਕੀ ਕਹਿਣਾ ਚਾਹੋਗੇ ਜੀ? ਕਰੰਟ ਸਿਚੁਏਸ਼ਨ ਪੀਸਫੁਲ ਹੈ। ਅਸੀਂ ਪੈਟਰੋਲਿੰਗ ਇਸ ਕਰਕੇ ਵੀ ਕਰ ਰਹੇ ਹਾਂ ਕਿ ਅਸੀਂ ਆਪਣੇ ਜਿਹੜੀ ਡਿਪਲੋਇਮੈਂਟ ਹੈ ਉਹਨੂੰ ਚੈੱਕ ਕਰ ਰਹੇ ਹਾਂ ਅਤੇ ਸਿਕਿਉਰਿਟੀ ਨੂੰ ਬਰੀਫ ਕਰ ਰਹੇ ਹਾਂ। ਲੋਕਾਂ ਨੂੰ ਵੀ ਇਹੀ ਅਪੀਲ ਹੈ ਕਿ ਉਹ ਜਿਹੜਾ ਹੁਣ ਤੱਕ ਵੀ ਉਹਨਾਂ ਨੇ ਕਾਫੀ ਸਾਥ ਦਿੱਤਾ ਸ਼ਾਂਤੀ ਬਣਾਈ ਰੱਖਣ ਜੀ ਸਰ, ਅੱਗੇ ਵੀ ਉਹ ਇਸੇ ਤਰ੍ਹਾਂ ਬਣਾਏ ਰੱਖਣ ਅਤੇ ਅਫਵਾਹਾਂ 'ਤੇ ਜਾਂ ਫੇਕ ਨਿਊਜ਼ 'ਤੇ ਜਾਂ ਕਿਸੇ ਵੀ ਵਟਸਐਪ ਮੈਸੇਜਸ 'ਤੇ ਉਹਨਾਂ 'ਤੇ ਧਿਆਨ ਨਾ ਦੇ ਜੀ, ਔਰ ਸਿਚੁਏਸ਼ਨ ਜੋ ਉਹ ਟੋਟਲੀ ਅੰਡਰ ਕੰਟਰੋਲ ਜੀ। ਸਰ, ਮੇਰਾ ਨੈਕਸਟ ਕੁਐਸਚਨ ਆ ਜੀ, ਜਿਸ ਤਰ੍ਹਾਂ NI ਦੀ ਟੀਮਸ ਜਿਹੜੀਆਂ ਵਾ ਉਹ ਵੀ ਅਲੱਗ ਅਲੱਗ ਪੰਜਾਬ ਦੇ ਏਰੀਏ ਦੇ ਵਿੱਚ ਪਹੁੰਚੀਆਂ ਵਾ। ਮੀਡੀਆ ਸੋਰਸਿਸ ਦੱਸ ਰਹੇ ਆ ਕਿ ਕੁਛ NI ਦੇ ਜਿਹੜੇ ਅਧਿਕਾਰੀ ਆ ਉਹ ਗੁਰਦਾਸਪੁਰ ਔਰ ਬਾਰਡਰ ਏਰੀਏ ਦੇ ਵਿੱਚ ਵੀ ਆਏ ਆ। ਇਹਦੇ ਬਾਰੇ ਸਰ ਕੋਈ ਹੈਗਾ ਕਿ ਕੋਈ ਅਗਲੇ ਦਿਨਾਂ ਦੇ ਵਿੱਚ NI ਔਰ ਪੰਜਾਬ ਪੁਲਿਸ ਦਾ ਕੋਈ ਇਕੱਠਾ ਕੋਈ ਜੁਆਇੰਟ ਓਪਰੇਸ਼ਨ ਚੱਲ ਰਿਹਾ ਜੀ? ਨਹੀਂ, ਉਹਨਾਂ ਦਾ ਆਪਣਾ ਅਲੱਗ ਵੱਖਰਾ ਮਹਿਕਮਾ ਹੈ, ਉਹ ਆਪਣੀ ਕਾਰਵਾਈ ਅਗਰ ਕਰ ਵੀ ਰਹੇ ਤਾਂ ਉਹ ਕਰ ਰਹੇ, ਸਾਨੂੰ ਹਲੇ ਕੋਈ ਇਨਫੋਰਮੇਸ਼ਨ ਆਫੀਸ਼ੀਅਲੀ ਨਹੀਂ ਹੈਗੀ ਜੀ, ਤਾਂ ਇਸ ਬਾਰੇ ਮੈਂ ਹੋਰ ਕੁਛ ਨਹੀਂ ਕਹਿ ਸਕਦਾ। ਸਰ, ਜਿੱਦਾਂ ਅਜਨਾਲਾ ਕਾਂਡ ਦੇ ਬਾਅਦ ਹੀ ਇਹ ਸਾਰੇ ਹਾਲਾਤ ਜਿਹੜੇ ਆ ਉਹ ਇਕਦਮ ਚੇਂਜ ਹੋਏ ਸੀਗੇ, ਔਰ ਉਹਨਾਂ ਹਾਲਾਤਾਂ ਦੀ ਸ਼ੁਰੂਆਤ ਜਿਹੜੀ ਆ ਇੱਕ ਗੁਰਦਾਸਪੁਰ ਦੇ ਪਿੰਡ ਤਿੱਬੜ ਤੋਂ ਮਨਦੀਪ ਤੂਫਾਨ ਨਾਂ ਦੇ ਲੜਕੇ ਤੋਂ ਜਿਹੜੀ ਆ ਸ਼ੁਰੂਆਤ ਹੋਈ ਸੀਗੀ, ਔਰ ਉਹਦੇ ਰਿਲੇਟਿਡ ਸਰ ਕੋਈ ਜਾਣਕਾਰੀ ਆ ਰਹੀ ਹੈ ਜੀ? ਅਸੀਂ ਜਿੱਥੇ ਵੀ ਸਾਨੂੰ ਕੋਈ ਟਰਬਲ ਮੇਕਰ ਮਿਲਦਾ ਅਸੀਂ ਉਹਦੇ ਅਗੇਂਸਟ ਕਾਰਵਾਈ ਕਰ ਰਹੇ ਹਾਂ ਜੀ, ਔਰ ਇਸ ਲਈ ਅਸੀਂ ਕਹਿ ਰਹੇ ਹਾਂ ਕਿ ਲੋਕਾਂ ਨੂੰ ਕਿ ਉਹ ਫੇਕ ਇਨਫੋਰਮੇਸ਼ਨ ਫੇਕ ਨਿਊਜ਼ ਜਾਂ ਭੜਕਾਊ ਭਾਸ਼ਣ ਜਾਂ ਇੱਦਾਂ ਦੀ ਕੋਈ ਵੀ ਚੀਜ਼ ਹੈ ਜੀ ਨਾ ਉਦੋਂ ਉਹਨੂੰ ਸ਼ੇਅਰ ਕਰੇ ਨਾ ਉਹਨੂੰ ਪੋਸਟ ਕਰੇ, ਕਿਉਂਕਿ ਜੇਕਰ ਉਹ ਇੱਦਾਂ ਕਰਦੇ ਆ ਸਾਡੀ ਸੋਸ਼ਲ ਮੀਡੀਆ ਮੋਨੀਟਰਿੰਗ ਟੀਮਸ ਹੈਗੀ ਉਹ ਉਹਨਾਂ ਨੂੰ ਟਰੇਸ ਕਰ ਰਹੀ ਹੈ ਔਰ ਅਸੀਂ ਉਹਨਾਂ ਦੇ ਅਗੇਂਸਟ ਐਕਸ਼ਨ ਲੈ ਰਹੇ। ਸਰ, ਅੱਜ ਜਿੱਦਾਂ ਹਿੰਦੂ ਨਵਵਰਸ਼ ਦੀ ਸ਼ੁਰੂਆਤ ਹੋਈ ਆ ਔਰ ਨਵਰਾਤਰੇ ਜਿਹੜੇ ਆ ਉਹ ਵੀ ਸ਼ੁਰੂ ਹੋ ਗਏ ਆ, ਇਸ ਨੂੰ ਇੱਕ ਜਿਹੜਾ ਵਾ ਉਹ ਹਿੰਦੂ ਭਾਈਚਾਰੇ ਦਾ ਪਵਿੱਤਰ ਤਿਉਹਾਰ ਜਿਹੜਾ ਵਾ ਉਹ ਮੰਨਿਆ ਜਾਂਦਾ ਵਾ। ਵੱਖ ਵੱਖ ਮੰਦਰਾਂ ਦੇ ਵਿੱਚ ਜਿਹੜਾ ਵਾ ਲੋਕਾਂ ਵੱਲੋਂ ਸਵੇਰੇ ਸ਼ਾਮ ਜਿਹੜਾ ਵਾ ਆਪਣੇ ਧਾਰਮਿਕ ਰੀਤੀ ਰਿਵਾਜਾਂ ਦੇ ਅਨੁਸਾਰ ਪੂਜਾ ਕੀਤੀ ਜਾਂਦੀ ਆ, ਔਰ ਅੱਜ ਦੇ ਹਾਲਾਤਾਂ ਦੇ ਮੁਤਾਬਕ ਕਿ ਜਿੰਨੇ ਵੀ ਜ਼ਿਲ੍ਹੇ ਦੇ ਵਿੱਚ ਧਾਰਮਿਕ ਮੰਦਰ ਨੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਕੋਈ ਸਪੈਸ਼ਲ ਐਫਰਟਸ ਕੀਤੇ ਜਾ ਰਹੇ ਜੀ ਪੁਲਿਸ ਵੱਲੋਂ? ਤੁਸੀਂ ਆਪ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਪੁਲਿਸ ਫੋਰਸ ਜੋ ਅਸੀਂ ਡਿਪਲੋਇ ਕੀਤੀ ਹੋਈ ਹੈ ਉਹ ਲੋਕਾਂ ਦੀ ਸੁਰੱਖਿਆ ਲਈ ਹੀ ਹੈਗੀ ਜੀ। ਜਿਹੜੇ ਵੀ ਤਿਉਹਾਰ ਪਰਵ ਹੁੰਦੇ ਆ ਉਹ ਲੋਕ ਬੜੇ ਖੁਸ਼ ਹੋ ਕੇ ਮਨਾਏ ਜੀ, ਅਤੇ ਅਸੀਂ ਲੋਕਾਂ ਦੇ ਨਾਲ ਹੀ ਹੈਗੇ, ਇਹ ਕੋਈ ਬਹਿ ਦਾ ਮਾਹੌਲ ਨਹੀਂ ਬਣਾਉਣ ਦੀ ਲੋੜ ਹੈ ਸਾਨੂੰ। ਪੁਲਿਸ ਜਿਹੜੀ ਹੈਗੀ ਉਹ ਫੋਰਸ ਨੂੰ ਮਤਲਬ ਉਹ ਲੋਕਾਂ ਨੂੰ ਜਿਹੜਾ ਕੌਨਫੀਡੈਂਸ ਦਿਲਾਉਣ ਦੇ ਲਈ ਹੈ, ਉਹਨਾਂ ਨੂੰ ਇਹ ਵਿਸ਼ਵਾਸ ਦਿਲਾਉਣ ਦੇ ਲਈ ਹੈ ਕਿ ਉਹ ਆਪਣਾ ਦਿਨਚਰਿਆ ਜਿਹੜੀ ਹੈ ਉਹ ਆਰਾਮ ਨਾਲ ਕਰ ਸਕਦੇ, ਕਿਸੇ ਚੀਜ਼ ਤੋਂ ਉਹਨਾਂ ਨੂੰ ਕੋਈ ਖਤਰਾ ਨਹੀਂ ਹੈਗਾ। ਅਸੀਂ ਡਿਪਲੋਇਮੈਂਟ ਪ੍ਰੋਪਰ ਕੀਤੀ ਹੈ, ਹਰ ਜਿਹੜਾ ਕੋਈ ਪ੍ਰੋਗਰਾਮ ਹੁੰਦਾ ਉਹਦੇ ਵੀ ਅਸੀਂ ਸਪੈਸ਼ਲ ਪ੍ਰੋਗਰਾਮ ਵੀ ਕਰਦੇ ਹਾਂ ਜੀ, ਔਰ ਅੱਜ ਵੀ ਅਸੀਂ ਇਸੇ ਤਰ੍ਹਾਂ ਜੋ ਆਪਣੀ ਡਿਪਲੋਇਮੈਂਟ ਰੱਖਾਂਗੇ ਜੀ। ਇਹ ਸਨ SSP ਗੁਰਦਾਸਪੁਰ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਜੀ, ਜਿਨ੍ਹਾਂ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਵਾ ਦੱਸਿਆ ਕਿ ਹਾਲਾਤ ਜਿਹੜੇ ਆ ਉਹ ਬਿਲਕੁਲ ਕਾਬੂ ਦੇ ਵਿੱਚ ਨੇ, ਔਰ ਉਹਨਾਂ ਨੇ ਲੋਕਾਂ ਨੂੰ ਵੀ ਆਪਸੀ ਭਾਈਚਾਰਕ ਸਾਂਝ ਜਿਹੜੀ ਆ ਉਸ ਨੂੰ ਮਜ਼ਬੂਤ ਕਰਨ ਦੇ ਉੱਤੇ ਜ਼ੋਰ ਦਿੱਤਾ ਵਾ। ਇਹਦੇ ਨਾਲ ਹੀ SSP ਸਾਹਿਬ ਨੇ ਜਿਹੜਾ ਵਾ ਉੱਚ ਅਧਿਕਾਰੀਆਂ ਦੇ ਨਾਲ ਇੱਥੇ ਲੰਬਾ ਸਮਾਂ ਇੱਕ ਮੀਟਿੰਗ ਵੀ ਕੀਤੀ ਆ, ਔਰ ਉਹਦੇ ਬਾਅਦ ਜਿਹੜਾ ਵਾ ਉਹਨਾਂ ਨੇ ਸ਼ਰਾਰਤੀ ਅੰਚਰਾਂ ਨੂੰ ਫਿਰ ਇੱਕ ਵਾਰੀ ਚੇਤਾਵਨੀ ਦਿੱਤੀ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਪੋਸਟ ਪਾਉਣ ਜਾਂ ਸ਼ੇਅਰ ਕਰਨ ਤੋਂ ਪਹਿਲਾਂ ਉਹਨੂੰ ਜ਼ਰੂਰ ਦੇਖੋ। ਸ਼ਰਾਰਤੀ ਅੰਚਰਾਂ 'ਤੇ ਜਿਹੜਾ ਵਾ ਸਖਤ ਕਾਰਵਾਈ ਜਿਹੜੀ ਆ ਉਹ ਗੁਰਦਾਸਪੁਰ ਪੁਲਿਸ ਵੱਲੋਂ ਕੀਤੀ ਜਾਏਗੀ,
देश और दुनिया की बाकी तमाम खबरों लिए देखते रहो के आर टी न्यूज़। धन्यवाद।